ਨਹੀਂ ਹੁਣ ਪਾਣੀ ਤੱਤਾ ਧਰ ਦਿੰਦੀ ਹੈਗੀ, ਫਿਰ ਨਹਾਈ ਆਉਂਗੀ। ਹੁਣ ਲੱਗਦੇ ਹੱਥ, ਫਿਰ ਆਈ ਨੀ ਪਤਾ ਮੰਮੀ ਵੜ ਜੇ ਨਾ, ਹੁਣ ਮੁੜ ਕੇ ਘੰਟਾ ਨਿਕਲਣੀ ਨੀ ਹੈਗੀ ਗੀ। ਫਿਰ ਤਾਂ ਬਸ ਸਾਰਾ ਦਿਨ ਮੈਨੂੰ ਤਾਂ ਕੰਮਾਂ ਟਾਈਮ ਕੰਮਾਂ ਕਾਰਾਂ ਚ ਬਸ ਟਾਈਮ ਹੀ ਲੱਗਣਾ ਹੈਗਾ ਗਾ। ਮੱਚ ਗਈ ਅੱਗ ਤਾਂ ਹੁਣ, ਇਹ ਵੀ ਨੀ ਨਾ ਕਦੇ ਕਦੇ ਮੱਚਣ ਚ ਨੀ ਆਉਂਦੀ ਹੈਗੀ। ਓਹੋ ਲੱਗਦੇ ਹੱਥ, ਹੁਣ ਮੈਂ ਪਸ਼ੂਆਂ ਚ ਵੀ ਗੇੜਾ ਮਾਰ ਰਹੀ ਆ। ਉਹ ਝੋਟੀ ਤਾਂ ਉਹਦੀ ਖੁੱਲ ਜਾਂਦੀ ਹੈ। ਹਾਏ ਹਾਏ ਕਿੱਡਾ ਦਿਨ ਚੜ ਗਿਆ, ਪਾਣੀ ਤਾਂ ਗਰਮ ਹੋਇਆ ਪਿਆ। ਜੱਸੂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਨਾ ਆਇਆ ਵਾਂ, ਜੇ ਕੋਈ ਆ ਗਿਆ ਤਾਂ ਕਹੂਗਾ ਕਿੰਨੀ ਬੇਕਾਰ ਲੱਗਦੀ ਆ ਬਿਨਾਂ ਮੇਕਅਪ ਤੋਂ। ਤਿਆਰ ਹੋ ਜਾ ਮੈਂ। ਹਾਏ ਅੱਜ ਤਾਂ ਏਡਾ ਦਿਨ ਚੜ ਗਿਆ, ਅੱਜ ਛੇ ਛੇ ਦਿਨ ਪੋਣਾ ਪਊਗਾ। ਦੇਖਾਂ ਮੇਰੀ ਅੱਗ ਮੱਚੀ ਜਾਂਦੀ ਆ। ਹਾਏ ਮੈਂ ਮਰ ਜਾ, ਸਾਰਾ ਪਾਣੀ ਲੈ ਗਈ ਪਾ ਕੇ। ਮਸਾਂ ਤਾਂ ਮੈਂ ਅੱਗ ਮਚਾਈ ਸੀ, ਅੱਗ ਮਚਾਉਂਦੀ ਮੈਂ ਰਹਿ ਜਾਂ ਤੇ ਪਾਣੀ ਲੈ ਜਾਂਦੀ ਆ ਉਹ। ਹੁਣ ਤਾਂ ਮੈਨੂੰ ਫੇਰ ਕੰਮ ਕਰਦੀ ਨੂੰ 12 ਵੱਜ ਜਾਣਗੇ, ਨਹਾਉਣ ਦਾ ਟਾਈਮ ਤਾਂ ਹੁਣ ਮੇਰਾ ਗਿਆ। ਕੀ ਹੋ ਗਿਆ ਜਸਪ੍ਰੀਤ, ਇਕੱਲੀ ਬੋਲੀ ਜਾਂਦੀ ਆ? ਕੀ ਹੋਣਾ ਸੀਗਾ, ਪਾਣੀ ਤੱਤਾ ਧਰਿਆ ਸੀਗਾ, ਉਹ ਲੈ ਗਈ ਪਾ ਕੇ। ਲੈ ਤੂੰ ਪਹਿਲਾਂ ਦੱਸ ਦਿੰਦੀ ਮੈਨੂੰ, ਮੈਂ ਆ ਕੇ ਪਹਿਲਾਂ ਨਹਾ ਲੈਂਦਾ। ਮੈਂ ਤਾਂ ਆਪ ਨਾਲੇ ਜਾਣਾ, ਮੈਨੂੰ ਕੰਮ ਸੀਗਾ ਨਾ। ਮੈਨੂੰ ਇੱਕ ਗੱਲ ਦੱਸੋ, ਪਹਿਲਾਂ ਹੀ ਮੰਮੀ ਨਾ ਤੇ ਇੰਨਾ ਟਾਈਮ ਲਾਉਂਦੀ ਸੀ? ਸਾਰਾ ਦਿਨ ਨਹੀਂ ਸੁਰਖੀ ਪਾਊਡਰ ਲਾਉਂਦੀ ਹੈਗੀ ਮੂੰਹ ਤੋਂ, ਸਾਰਾ ਦਿਨ ਹੀ ਥੱਪੀ ਜਾਂਦੀ ਰਹਿੰਦੀ ਆ ਬੈਠੀ। ਨਾ ਨਾ ਜਸਪ੍ਰੀਤ, ਪਹਿਲਾਂ ਕਾਹਨੂੰ ਇੰਨੀ ਟੌਰ ਕੱਢਦੀ ਸੀ, ਪਹਿਲਾਂ ਘਰੇ ਕੰਮ ਵਧੀਆ ਕਰਦੀ ਸੀ, ਸਾਰਾ ਕੰਮ ਧੰਦਾ ਕਰਦੀ ਸੀ। ਅੱਛਾ ਤਾਂ ਹੁਣ ਪਤਾ ਨਹੀਂ ਇਹਨੂੰ ਕੀ ਹੋਇਆ, ਕਿਹਦੀ ਇਹਨੂੰ ਰੀਸ ਲੱਗੀ ਆ, ਕਿਹਦੀ ਬਾਹਰਲੀ ਇਹਨੂੰ ਹਵਾ ਲੱਗੀ। ਇੱਕ ਦੀ ਸਹੇਲੀ ਆ ਕਮਲ, ਉਹ ਹੁਣ ਬਾਹਰੋਂ ਆਈ ਆ, ਮੈਨੂੰ ਤਾਂ ਲੱਗਦਾ ਉਹਦੀ ਇਹਨੂੰ ਹਵਾ ਲੱਗ ਗਈ। ਹੁਣ ਤਾਂ ਅੱਡੀਆਂ ਕੁੱਚੀ ਜਾਂਦੀ ਰਹਿੰਦੀ ਆ। ਚਲੋ ਛੇ ਛੇ ਦੀ ਨਾ ਮਾਂ, ਕਿਤੇ ਮੇਰੇ ਜਾਂਦੇ ਨੂੰ ਭੋਗ ਨਾ ਪੈ ਜੇ। ਉਹ ਪਾਪਾ ਹੀ ਕੁੜਕੇ ਪਾਣੀ ਨਾ ਆਈਏ, ਭੋਗ ਤੇ ਜਾਣਾ। ਬਾਪੂ ਤੈਨੂੰ ਕਿੱਥੋਂ ਪਾ ਦਈਏ ਪਾਣੀ, ਪਤੀਲਾ ਤਾਂ ਆ ਪਿਆ ਖਾਲੀ ਕਰਕੇ ਰੱਖਿਆ। ਉਹ ਮਾਂ ਮੇਰੀ ਗੱਲ ਸੁਣ, ਅੰਦਰ ਬੜੀ ਆ, ਕਿਹੜੇ ਵੇਲੇ ਦੀ ਅੱਡੀਆਂ ਕੁੱਚੀ ਜਾਂਦੀਆਂ। ਮੈਂ ਵੀ ਬਰਨਾਲੇ ਜਾਣਾ, ਮੈਨੂੰ ਕਿਹੜਾ ਕਾਹਲ ਨਹੀਂ। ਹੁਣ ਤਾਂ ਪਹਿਲਾਂ ਧਰਨਾ ਲਾਉਣ ਵਾਲੀ ਗੱਲ ਹੋਈ ਪਈ ਇੱਥੇ। ਮਾਂ ਨਿਕਲਿਆ ਬਾਹਰੇ, ਅਸੀਂ ਵੀ ਜਾਣਾ ਕਿਸੇ ਕੰਮ, ਕਿਹੜੇ ਵੇਲੇ ਹੋ ਗਏ ਅੰਦਰ ਬੜੀ ਨੂੰ। ਉਹ ਛੇਤੀ ਕਰ ਭਾਈ, ਤੂੰ ਤਾਂ ਅੰਦਰ ਹੀ ਘਰ ਪਾ ਕੇ ਬਹਿ ਗਈ, ਮੈਂ ਭੋਗ ਤੇ ਜਾਣਾ ਪਾਰ ਦਾ। ਛੇਤੀ ਛੇਤੀ ਨਾ ਆਈਏ, ਮੈਨੂੰ ਫੋਨ ਆਈ ਜਾਂਦੇ ਨੇ। ਬਾਪਾ ਕਿੱਧਰ? ਉਹ ਮੈਨੂੰ ਨਾ ਲੈਣ ਦੇ, ਮੈਂ ਭੋਗ ਤੇ ਜਾਣਾ। ਮੇਰੀ ਵਾਰੀ ਆ ਪਹਿਲਾਂ, ਕੀ ਹੋ ਗਿਆ? ਉਹ ਮੈਨੂੰ ਨਾ ਲੈਣ ਦੇ, ਮੈਂ ਭੋਗ ਤੇ ਜਾਣਾ। ਨਹੀਂ ਮੈਂ ਨਾ ਆਉਂਗਾ, ਪਹਿਲਾਂ ਮੈਂ ਬਰਨਾਲੇ ਜਾਣਾ। ਯਾਰ ਗੱਲ ਕੀ ਹੋ ਗਈ, ਜਲੇਬੀਆਂ ਠੰਡੀਆਂ ਹੋ ਜਾਣਗੀਆਂ ਉਧਰ। ਪਹਿਲਾਂ ਮੈਂ ਨਾ ਆਉਂਗੀ, ਮੈਂ ਕੰਮ ਕਰਨਾ ਵੀ ਕਰਨਾ, ਰੋਟੀਆਂ ਵੀ ਲਾਉਣੀਆਂ ਨੇ। ਉਹ ਮੈਨੂੰ ਨਾ ਆਉਂਦੇ, ਸਾਹ ਫੜ ਜੋ ਪਿੱਛੇ, ਜਿਹਨੇ ਨਹਾਉਣਾ। ਉਹ ਮੈਨੂੰ ਨਾ ਆਉਂਦੇ, ਮੈਨੂੰ ਕੰਮ ਪਹਿਲਾਂ। ਪਹਿਲਾਂ ਮੈਨੂੰ ਨਾ ਆਉਂਦੇ। ਨਹੀਂ ਨਹੀਂ ਉਹ ਨਹੀਂ, ਮੈਨੂੰ ਨਾ ਆਉਂਦੇ, ਫੜ ਜੋ। ਮੰਮੀ ਨਿਕਲਿਆ ਬਾਹਰ, ਹੁਣ ਕਿੰਨਾ ਹੀ ਟਾਈਮ ਲਾਏਂਗੀ। ਉਹ ਮੈਨੂੰ ਨਾ ਆਉਂਦੇ, ਹੱਥ ਨਾ, ਪਹਿਲਾਂ ਮੈਂ ਸਾਰਾ ਵੱਡਾ ਹੈਗਾ। ਮੇਰੀ ਗੱਲ ਸੁਣ ਬਾਪੂ, ਉੱਥੇ ਤੂੰ ਜਾ ਕੇ ਰੌਲ ਨਹੀਂ ਲਾਉਣੀ, ਐਵੇਂ ਹੀ ਲਿਪਾ ਪੋਚੀ ਕਰਕੇ ਵਗ ਜਾ। ਚੱਲ ਕੋਈ ਨੀ, ਮੈਨੂੰ ਨਾ ਆਉਂਦੇ ਪਹਿਲਾਂ, ਤੁਸੀਂ ਬਾਅਦ ਚ ਨਾ ਲਈ। ਤੂੰ ਨਾ ਕੇ ਬੜਾ ਸੋਹਣਾ ਨਹੀਂ ਬਣ ਜਾਣਾ ਤੂੰ ਐਂ। ਬਾਪੂ ਤੂੰ ਪੰਜ ਸਨਾਨਾ ਕਰ ਲਾ। ਚੱਲ ਮੈਂ ਪੰਜ ਸਨਾਨਾ ਕਰ ਲੈਣਾ ਫਿਰ। ਹੋਰ ਸਿਆਣੇ ਬੰਦੇ ਤਾਂ ਪੰਜ ਸਨਾਨਾ ਕਰਕੇ ਬਾਜ ਜਾ ਜਾ। ਮੈਂ ਤਾਂ ਨਹਾਉਣਾ ਯਾਰ। ਉਹ ਨਿਕਲਿਆ ਭਾਈ ਬਾਹਰ, ਭੋਗ ਤੋਂ ਬਾਅਦ ਕੀ ਜਲੇਬੀਆਂ ਖਾ ਜਾਣਾ ਉੱਥੇ। ਨਿਕਲਿਆ ਮਾਂ ਬਾਹਰ, ਸਤਨਾਮ ਤੂੰ ਪਾਸੇ ਹੋ, ਮੈਨੂੰ ਨਾ ਲੈਣ ਦੇ ਯਾਰ, ਮੈਂ ਜਾਣਾ ਗਾ ਸੀ। ਉਹ ਯਾਰ ਪਾਪਾ ਮੇਰੀ ਗਾ, ਜਾਓ ਤਾਂ ਡੰਗਰਾਂ ਨਹੀਂ ਖੇਲਦੇ ਨਾਲ। ਉਹ ਤੂੰ ਮੰਨ ਲੈ, ਤੂੰ ਨਾ ਲੈ ਉੱਥੇ, ਮੈਨੂੰ ਨਾ ਲੈਣ ਦੇ ਯਾਰ, ਸੇਤੀ ਜਾਣਾ ਮੈਂ। ਉਹ ਯਾਰ ਤੈਨੂੰ ਨਾ ਕੇ ਬਾਜਾਂ, ਕਿੱਡੀ ਗੱਲ ਆ, ਮੈਂ ਨਾ ਕੇ ਜਾਣਾ ਯਾਰ ਸੇਤੀ। ਨਿਕਲਿਆ ਮਾਂ ਬਾਹਰ, ਇਹਨਾਂ ਨੇ ਵੀ ਨਹਾਉਣਾ ਤੇ ਮੈਂ ਵੀ ਨਹਾਉਣਾ, ਮੈਂ ਰੋਟੀਆਂ ਲਾਉਣੀਆਂ ਨੇ ਗਿਆ। ਕਿਉਂ ਕਾਮਾ ਰੌਲੀ ਪਾਇਆ, ਮੈਨੂੰ ਤਾਂ ਹਜੇ ਅੱਧਾ ਘੰਟਾ ਲੱਗੂ, ਮੈਂ ਤਾਂ ਹਜੇ ਬੁਰਸ਼ ਕਰਕੇ ਹੀ ਹਟੀ ਆ। ਸੁਣ ਲਓ, ਲੈ ਕਰ ਲਓ ਭਾਂਡਾ, ਤੁਸੀਂ ਨਾ ਰੋ। ਆ ਫਾਨਾ ਠੋਕ ਕੇ ਖੜ ਗਈ ਵਿਚਾਰੇ, ਸਾਰੇ ਨਹਾਉਣ ਬੰਨਿਓ ਖੜੇ ਨੇ। ਓਹੋ ਬਾਗੇ ਕਿਵੇਂ ਬਾਥਰੂਮ ਮੂਹਰੇ ਕਾਮਾ ਰੌਲੀ ਪਾਇਆ ਸੀ, ਨਹਾਉਣਾ ਦੁੱਬਰ ਕਰਤਾ। ਲੈ ਮੈਂ ਤਾਂ ਛੇ ਛੇਤੀ ਤਿਆਰ ਹੋਵਾਂ, ਕੰਮ ਲਾਉਣ ਵਾਲੀ ਹੋ। ਜੱਸੂ ਮੰਮੀ, ਮੈਂ ਧੁੱਪੇ ਬਹਿਨੀ ਆ, ਮੇਰੀ ਨਾ ਮੇਕਅਪ ਵਾਲੀ ਕਿੱਟ, ਕੰਘਾ, ਸੀਸਾ ਤੇ ਸਾਰਾ ਕੁਛ ਲਿਆ ਦੇ, ਮੈਂ ਤਿਆਰ ਹੋ ਕੇ ਜਾਵਾਂ। ਬਾਲਾਂ ਨੂੰ ਨਾ ਵਧੀਆ ਜਿਹਾ ਕਲਰ ਕਰਾ ਕੇ, ਕਟਾ ਕੇ, ਉਹ ਚਮਟਾ ਜਿਹਾ ਮਰਵਾ ਕੇ ਲਿਆਵਾਂ। ਫਿਰ ਦੇਖੀ ਕਮਲ ਮੇਰੇ ਤੇ ਕਿਵੇਂ ਮੱਚਦੀ ਆ। ਲਿਆ ਕੁੜੇ ਛੇਤੀ ਕਰ, ਤੈਨੂੰ ਪਤਾ ਮੈਂ ਭੋਗ ਤੇ ਜਾਣਾ, ਲੇਟ ਹੋਈ ਜਾਂਦੀ ਆ।
मैं रोक दिंदी भी मैं जाना गा नाले अज तो मैं पूरा फुल तैयार होके जाना गा जा मेरी पर्स ते पर्स रहन दी मेरी फुलकारी ते ना जुत्ती चक लिया अज तो मैं कमल तो भी वध तैयार होके जाना देखी कमल मैनू देख के किवें किवें सड़दी आ ਨਾਲ ਮੰਮੀ ਤੁਸੀਂ ਨਾ ਸਧਾਰਨ ਪਾਠ ਤੇ ਜਾਣਾ ਕੋਈ ਵਿਆਹ ਤੇ ਨਹੀਂ ਜਾਣਾ ਹੈਗਾ ਜਿਹੜਾ ਇੰਨਾ ਸੱਜ ਧੱਜ ਕੇ ਜਾ ਰਹੇ ਹੋਗੇ ਸਾਡੇ ਬਾਰੇ ਵੀ ਮਾੜਾ ਮੋਟਾ ਸੋਚ ਲਿਆ ਕਰੋ ਸਾਨੂੰ ਲੋਕ ਕੀ ਕਹਿਣਗੇ ਨਾ ਲੋਕਾਂ ਨੇ ਕੀ ਕਹਿਣਾ ਮੈਂ ਕੀ ਕੀਤਾ ਗਾ ਜਿਹੜਾ ਕੁਛ ਕਹਿੰਦੇ ਕਹੀ ਜਾਣਦੇ ਮੈਂ ਤਾਂ ਆਪਦੇ ਸ਼ੌਂਕ ਪੂਰੇ ਕਰਨੇ ਹੀ ਆ ਨਾਲੇ ਮੰਮੀ ਆ ਉਮਰ ਦੇ ਵਿੱਚ ਨਾ ਇੰਨਾ ਹਾਰ ਸ਼ਿੰਗਾਰ ਠੀਕ ਨਹੀਂ ਹੈਗਾ ਗਾ ਤੁਹਾਨੂੰ ਕੀ ਪਤਾ ਗਾ ਸਾਨੂੰ ਬਾਹਰ ਲੋਕ ਕਿੰਨਾ ਕੁਛ ਕਹਿੰਦੇ ਨੇਗੇ ਤੁਹਾਡੀ ਮੰਮੀ ਬੁੜੀ ਹੋਈ ਪਈ ਹੈ ਚਿੱਟੇ ਵਾਲ ਨੇ ਤੁਹਾਡੇ ਉੱਤੋਂ ਕਲਫ ਕਰ ਕਰਕੇ ਨਿਕਲ ਜਾਓਗੇ ਲੋਕ ਪਤਾ ਸਭ ਤੁਹਾਡੀਆਂ ਕਿੰਨੀਆਂ ਗੱਲਾਂ ਬਣਾਉਂਦੇ ਨੇ ਤੁਹਾਨੂੰ ਤਾਂ ਨਹੀਂ ਪਤਾ ਲੱਗਦਾ ਅਸੀਂ ਬਾਹਰ ਅੰਦਰ ਜਾਂਦੇ ਸਾਨੂੰ ਪਤਾ ਲੱਗਦਾ ਹੈਗਾ ਕਿੰਨਾ ਕੁਛ ਕਹਿੰਦੇ ਨੇਗੇ ਉਹ ਤੁਹਾਡਾ ਤਾਂ ਨਾ ਉਹ ਕੰਮ ਹੈਗਾ ਬੁੱਢੀ ਘੋੜੀ ਲਾਲ ਲਗਾਮ ਲੋਕਾਂ ਦਾ ਕਿ ਢਿੱਡ ਮੱਚਦਾ ਤਿਆਰ ਮੈਂ ਹੁੰਨੀ ਆ ਲੋਕਾਂ ਦਾ ਉਹੀ ਖੂਨ ਮੱਚੀ ਜਾਂਦਾ ਹੈਗਾ ਜਿਹਦਾ ਮੱਚਦਾ ਮੱਚੀ ਜਾਵੇ ਮੈਂ ਤਾਂ ਆਈ ਤਿਆਰ ਹੋਊਂਗੀ ਆਈ ਸਮਝ ਤੈਨੂੰ ਵੀ ਨਾਲੇ ਦੂਜਿਆਂ ਨੂੰ ਵੀ ਦੱਸਦੀ ਜਿਹੜੇ ਤੈਨੂੰ ਕਹਿੰਦੇ ਨੇਗੇ ਠੀਕ ਹੈ ਆਹੀ ਚਾਰ ਦਿਨਾਂ ਦੀ ਜ਼ਿੰਦਗੀ ਹੁੰਦੀ ਹੈ ਖਾਣ ਹੰਡਾਉਣ ਦੀ ਜਿਹੜਾ ਇੱਥੇ ਖਾ ਲਿਆ ਪੀ ਲਿਆ ਹੰਡਾ ਲਿਆ ਐਸ਼ ਉਡਾਲੀ ਉਹੀ ਦਿਨ ਨੇ ਜਦੋਂ ਮਰ ਗਏ ਕਿਸੇ ਨੇ ਨਹੀਂ ਪੁੱਛਣਾ ਇੱਥੇ ਹੀ ਰਹਿ ਜੂ ਸਾਰਾ ਕੁਛ ਮੈਂ ਤਾਂ ਤੈਨੂੰ ਵੀ ਕਹਿੰਦੀ ਹਾਂ ਵੀ ਬਣ ਥਣ ਕੇ ਰਿਹਾ ਕਰ ਸੋਹਣੇ ਸੋਹਣੇ ਕੱਪੜੇ ਪਾਇਆ ਕਰ ਕੱਪੜੇ ਪਾਉਣ ਹੰਡਾਉਣ ਨੂੰ ਹੁੰਦੇ ਨੇ ਨਾ ਕਿ ਅਲਮਾਰੀਆਂ 'ਚ ਰੱਖਣ ਨੂੰ ਮੈਨੂੰ ਤਾਂ ਲੋੜ ਨਹੀਂ ਹੈਗੀ ਮੰਮੀ ਮੇਕਅਪ ਦੀ ਮੇਰੇ ਮੁੰਡੇ ਦਾ ਨਾ ਤੁਸੀਂ ਕਰ ਲਿਆ ਕਰੋ ਨਹੀਂ ਤਾਂ ਹੀ ਤਾਂ ਮੈਂ ਤੇਰੇ ਨਾਲ ਕਿਤੇ ਜਾਂਦੀ ਨਹੀਂ ਲੋਕ ਨਾ ਦੇਖ ਕੇ ਤੈਨੂੰ ਮੇਰੀ ਸੱਸ ਕਹਿੰਦੇ ਨੇ ਨੱਕ ਵੜਾ ਦਿੰਨੀ ਆ ਜਿੱਥੇ ਮੇਰੇ ਨਾਲ ਜਾਨੀ ਆ ਨਾਲੀ ਮਹਾਰਾਣੀ ਜੀ ਤੇਰੇ ਨਹਾਉਣ ਦੇ ਚੱਕਰਾਂ 'ਚ ਮੈਂ ਵੀ ਲੇਟ ਹੋ ਗਿਆ ਅੱਜ ਕਾਲੇ ਕੇ ਪਿੰਡ ਨਾ ਕਬੂਤਰਾਂ ਦੀ ਬਾਜੀ ਆ 90,000 ਦੀ ਜੇ ਕਬੂਤਰ ਬਾਜੀ ਹਾਰ ਗਏ ਨਾ ਤੇਰੀ ਖੈਰ ਨਹੀਂ ਬਸ ਤੁਸੀਂ ਰਹਿਣ ਦਿਓ ਤੁਸੀਂ ਆਪਦਾ ਕੰਮ ਕਰ ਲਓ ਮੇਰਾ ਮੂਡ ਨਾ ਖਰਾਬ ਕਰੋ ਮੈਨੂੰ ਪਤਾ ਤੁਸੀਂ ਕਿਹੜੇ ਕੱਪ ਜਿੱਤ ਕੇ ਆਉਣੇ ਆ ਨਾਲੇ ਤੂੰ ਨਾਲੇ ਤੇਰੇ ਕਬੂਤਰਾਂ ਨੇ ਅਸੀਂ ਵੀ ਸਤਿ ਸ਼੍ਰੀ ਅਕਾਲ ਜੀ ਜੀ ਤਿਆਰ ਹੋ ਜਾਓ ਤੁਸੀਂ ਤਾਂ ਚੱਲੀਏ ਆਪਾਂ ਲੇਟ ਹੋ ਜਾਾਂਗੇ ਹਾਂ ਹਾਂ ਕਮਲ ਬਸ ਤਿਆਰ ਹੀ ਆ ਮੈਂ ਕਮਲ ਆ ਨਵਾਂ ਸੂਟ ਲੈ ਕੇ ਆਈ ਆ ਹਾਂ ਦੀਦੀ ਆਰਡਰ ਤੇ ਮੰਗਵਾਇਆ ਆਨਲਾਈਨ 4,000 ਦਾ ਆਇਆ ਅੱਛਾ ਫਿਰ ਤਾਂ ਕੋਈ ਮਹਿੰਗਾ ਨਹੀਂ ਕਮਲ ਆ ਮੇਰਾ ਸਿੰਪਲ ਜਿਹਾ ਸੂਟ ਨਾ 3500 ਦਾ ਆਇਆ ਸੀਗਾ ਤੇ 1000 ਦੀ ਇਹਦੇ ਨਾਲ ਫੁਲਕਾਰੀ ਆ ਤੇ 500-700 ਰੁਪਏ ਤੇ ਸਿਲਾਈ ਦਾ ਦਿੱਤਾ ਮੈਂ ਤੇ ਫਿਰ ਤੇਰੇ ਸੂਟ ਨਾਲ ਤਾਂ ਮੇਰਾ ਮਹਿੰਗਾ ਹੋਊਗਾ ਬਸ ਬਸ ਰਹਿਣ ਦੇ ਮੈਨੂੰ ਪਤਾ ਹੈ ਤੂੰ ਛੇਤੀ ਤਿਆਰ ਹੋ ਜਾ ਚੱਲੀਏ ਭੋਗ ਤੇ ਚੱਲਦੇ ਬਸ ਇੱਕ ਮਿੰਟ ਹਾਂ ਹਾਂ ਜਾਓ ਜਲੇਬੀਆਂ ਠੰਡੀਆਂ ਹੁੰਦੀਆਂ ਨੇ ਕਿਸੇ ਦਾ ਘਰ ਛੱਡ ਵੀ ਦਿਆ ਕਰੋ ਹਰੇਕ ਦੇ ਮੂਹਰੇ ਹੋ ਕੇ ਤੁਰ ਪੈਣੀਆਂ ਘਰੇ ਵੀ ਕੰਮ ਕਰ ਲਿਆ ਕਰੋ ਨਾ ਹੁਣ ਤੇਰੇ ਨਾਲ ਅਸੀਂ ਬਾਜੀ 'ਚ ਜਾਈਏ ਕਬੂਤਰਾਂ ਨੂੰ ਹੁਰ ਹੁਰ ਕਰਕੇ ਡਾਈਏ ਜਾਣਾ ਹੀ ਆ ਹੋਰ ਕੰਮ ਥੋੜੇ ਨੇ ਘਰੇ ਆ ਭੋਗਾਂ ਵਾਲੇ ਕੰਮ ਆ ਤੁਹਾਡੇ ਕੋਲੇ ਦੋਹਾਂ ਕੋਲੇ ਨਾ ਘਰ ਦੇ ਕੰਮ ਮੁੱਕ ਗਏ ਬਹੂ ਨਾਲ ਝਾੜੂ ਪੋਚਾ ਕਰਾ ਦਿਆ ਕਰ ਉਹ ਵਿਚਾਰੀ ਕੱਲੀ ਮਰਦੀ ਰਹਿੰਦੀ ਆ ਸਾਰਾ ਦਿਨ ਤੇਰੇ ਆ ਟੋ ਟੱਪੀ ਨਹੀਂ ਲੋਟ ਆਉਂਦੇ ਕਿਸੇ ਦੇ ਜਾਣਾ ਹੋਵੇ ਐਂ ਵੱਜ ਜਾਣਗੇ ਸੱਤ ਅੱਜ ਕੇ ਜਿਵੇਂ ਵਿਆਹ 'ਚ ਜਾਣਾ ਹੁੰਦਾ ਵੀ ਚੁੱਪ ਕਰ ਜਿਆ ਕਰ ਜੇ ਜੱਸੂ ਨੇ ਸੁਣ ਲਿਆ ਨਾ ਤਾਂ ਸਾਰੇ ਘਰ ਦੇ ਕੰਮ ਮੇਰੇ ਤੋਂ ਭਾਲ ਲਿਆ ਕਰੂਗੀ ਆਪਾਂ ਤਾਂ ਨਾ ਐਸ਼ ਦੇ ਕਬੂਤਰ ਉਡਾਉਣੇ ਨੇ ਆ ਜਾ ਕਮਲ ਚੱਲੀਏ ਤਾਂ ਬੋਲਦਾ ਹੀ ਰਹੂਗਾ ਲੈ ਵੀ ਸ਼ੇਰਾ ਅੱਜ ਤੇਰੇ ਸਿਰ ਤੇ ਹੀ ਆ ਸਾਰਾ ਕੁਝ ਜਿਹੜੀ ਸਤਨਾਮ ਕਹਿੰਦੇ ਸੀਗੇ ਵੀ ਪਹਿਲਾਂ ਤਾਂ ਮੰਮੀ ਇਦਾਂ ਦੀ ਹੈ ਹੀ ਨਹੀਂ ਸੀਗੀ ਨਾ ਹੀ ਇੰਨਾ ਹਾਰ ਸ਼ਿੰਗਾਰ ਕਰਦੇ ਸੀਗੇ ਹੁਣ ਕੀ ਹੋ ਗਿਆ ਉਹਨਾਂ ਨੂੰ ਬਸ ਪੁੱਤ ਗੱਲ ਕੁਛ ਨਹੀਂ ਇਹ ਸੰਗਤ ਆ ਸਰਾ ਇਹਦੀਆਂ 3-4 ਸਹੇਲੀਆਂ ਨੇ ਇੱਕ ਤਾਂ ਕਮਲ ਆ ਉਹ 4 ਸਾਲ ਕੈਨੇਡਾ ਚ ਲਾ ਕੇ ਆਈ ਆ ਉਹਨੂੰ ਉਧਰ ਦੀ ਹਵਾ ਦੂਜੀ ਫੌਜੀ ਦੇ ਘਰੋਂ ਆ ਉਹਨੇ ਫੌਜੀ ਨਾਲ ਸਾਰੀ ਉਮਰ ਬਾਹਰ ਕੱਢੀ ਆ ਠੀਕ ਆ ਉਹ ਸਰਦੀਆਂ ਵਰਦੀਆਂ ਨੇ ਪੁੱਤ ਪੜੀਆਂ ਲਿਖੀਆਂ ਨੇਗੀਆਂ ਇਹ ਉਹਨਾਂ ਦੀ ਰੀਸ ਕਰਦੀ ਆ ਉਹ ਤਾਂ ਆਪਦੀ ਰਹਿਣੀ ਬਹਿਣੀ ਤੇ ਬੋਲੀ ਕਰਕੇ ਜੱਚਦੀਆਂ ਨੇ ਇਹਨੂੰ ਕਮਲੀ ਨੂੰ ਆਇਆ ਵੀ ਮੈਂ ਸੁਰਖੀ ਪਾਊਡਰ ਲਾ ਕੇ ਉਹਨਾਂ ਤੋਂ ਜ਼ਿਆਦੇ ਜੱਚਾਂ ਚੱਲ ਕੋਈ ਨਾ ਪੁੱਤ ਆਪ ਹੀ ਸੁਧਰ ਜੂ ਡੈਡੀ ਲੋਕ ਹੱਸਦੇ ਨੇਗੇ ਬੇਇੱਜ਼ਤੀ ਹੁੰਦੀ ਹੈਗੀ ਪਿੱਠ ਪਿੱਛੇ 100-100 ਗੱਲਾਂ ਕਰਦੇ ਨੇਗੇ ਮੈਂ ਦੱਸ ਗਈ ਆਖਾਂ ਪੁੱਤ ਬਥੇਰਾ ਸਮਝਾ ਸਮਝਾ ਦੇਖ ਲਿਆ ਨਹੀਂ ਮੰਨਦੀ ਚੱਲ ਤੇਰੇ ਕਹੇ ਤੋਂ ਪੁੱਤ ਇੱਕ ਵਾਰੀ ਮੈਂ ਫੇਰ ਸਮਝਾ ਕੇ ਦੇਖ ਲੂੰ ਜੇ ਕਹਿਣਾ ਮੰਨ ਲੇ ਨਾਲੇ ਪੁੱਤ ਮੈਂ ਲੇਟ ਹੋਈ ਜਾਣਾ ਮੈਂ ਚੱਲਦਾ ਚੰਗਾ ਲੈ ਕੰਮ ਕਰਦੀ ਨੂੰ ਮੈਨੂੰ ਤਾਂ 11:30 ਵੱਜ ਗਏ ਹੁਣ ਤਾਂ ਕਿਸੇ ਨੂੰ ਘਰ ਦੀ ਕੋਈ ਫਿਕਰ ਨਹੀਂ ਹੈਗੀ
आ मम्मी एक हार श्रृंगार करके ओदे उड़ जांदे इकट्ठियां हो के वग जांदियां ने मुड़ के आउण दा नां नहीं लैंदियां हैगियां। ਜਾ ਬਾਪੂ ਹੈਗਾ ਖੁੰਡ ਤੇ ਬੈਠਾ ਨਾ ਮੁੱਛਾਂ ਨੂੰ ਮਰੋੜੇ ਗਈ ਜਾਊਗਾ, ਜੇ ਘਰੇ ਹੋਊਗਾ ਤਾਂ ਘਰੇ ਛੋਣੀ ਬਣਾ ਕੇ ਬਹਿ ਜਾਂਦਾ ਹੈਗਾ। ਪਿੰਡ ਵਿੱਚ ਨਾ ਕਿਸੇ ਦਾ ਵੀ ਭੋਗ ਹੋਵੇ ਪਹਿਲਾਂ ਜਾ ਕੇ ਦਰੀ ਮੰਨ ਕੇ ਬਹਿ ਜਾਂਦਾ ਹੈਗਾ। ਆ ਇੱਕ ਡੈਡੀ ਹੈਗਾ ਤੜਕੀ ਤੁਰ ਜਾਂਦਾ ਹੈਗਾ ਲੈ ਕੇ ਕਬੂਤਰ ਜੇ, ਮੈਚ ਕਦੇ ਜਿੱਤਿਆ ਨਹੀਂ ਹੈਗਾ ਗਾ, ਤੜਕੀ ਲੈ ਕੇ ਤਾਂ ਐਂ ਨਿਕਲ ਜੂਗਾ ਜਿਵੇਂ ਟਰਾਫੀ ਲੈ ਕੇ ਆਊਗਾ। ਇਕੱਲਾ ਸੱਤਨਾ ਵੀ ਇਹ ਘਰ ਦੇ ਵਿੱਚ ਜਿਹਨੂੰ ਇਹ ਟੱਬਰ ਦੀ ਫਿਕਰ ਹੈਗੀ, ਬਾਕੀ ਤਾਂ ਸਾਰਾ ਟੱਬਰ ਸਿਧਰਿਆਂ ਦਾ ਹੀ ਹੈਗਾ। ਜਿਵੇਂ ਤੂੰ ਬਾਪੂ ਚ ਕਮੀਆਂ ਕੱਢੀਆਂ ਨੇ ਨਾ ਬੰਦੇ ਚ ਖੂਬੀਆਂ ਵੀ ਹੁੰਦੀਆਂ। ਹੁਣ ਸਿਆਣਾ ਬੰਦੀ ਪ੍ਰੋਗਰਾਮਾਂ ਤੇ ਪਿੰਡ ਦੇ ਵਿੱਚ ਕਿਤੇ ਜਾਊਗਾ, ਬਾਪੂ ਨੇ ਸਾਰੀ ਉਮਰ ਫੌਜ ਚ ਕੱਢਤੀ, ਉਹਨੇ ਹੁਣ ਪਿੰਡ ਦੇ ਵਿੱਚ ਵੀ ਦੇਖਣੀ ਆ ਆਪਦੇ ਯਾਰਾਂ ਬੇਲੀਆਂ ਕੋਲੇ ਜਾਣਾ, ਉਹ ਮਿਲ ਵਰਤਨ ਵਧਾ ਰਿਹਾ। ਰਹੀ ਗੱਲ ਬੋਲਣ ਦੀ, ਸਿਆਣੇ ਬੰਦੇ ਘਰੇ ਬੋਲਦੇ ਹੁੰਦੇ ਨੇ, ਗੱਲ ਦਿਲ ਤੇ ਨਹੀਂ ਲਾਈਦੀ, ਸਿਆਣੇ ਬੰਦੇ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਤੁਹਾਨੂੰ ਤਾਂ ਜੀ ਐਵੇਂ ਹੀ ਲੱਗਦਾ ਰਹਿੰਦਾ ਗਾ, ਬਾਪੂ ਵਾਰ ਤਾਂ ਚੱਲ ਠੀਕ ਹੈ, ਡੈਡੀ ਤਾਂ ਰੋਜ਼ ਹੀ ਕਬੂਤਰ ਜੀ ਲੈ ਕੇ ਉੱਡ ਜਾਂਦਾ ਗਾ। ਡੈਡੀ ਦਾ ਬਚਪਨ ਤੋਂ ਸ਼ੌਂਕ ਆ ਕਬੂਤਰਬਾਜ਼ੀ ਦਾ, ਮੇਰੀ ਗੱਲ ਸੁਣ, ਉਹਨੇ ਕਬੂਤਰਬਾਜ਼ੀ ਦੇ ਨਾਲ ਨਾਲ ਸਾਰਾ ਕੰਮ ਵੀ ਖੇਤ ਦਾ ਘਰ ਦਾ ਹੁਣ ਤੱਕ ਉਹਨੇ ਕਿਰਤ ਕਰਕੇ ਐਡਾ ਵੱਡਾ ਘਰ ਬਾਰ ਬਣਾਤਾ। ਕੋਈ ਗੱਲ ਨਹੀਂ, ਉਹਨੇ ਹੁਣ ਮੇਰੇ ਸਿਰ 'ਤੇ ਆਸ ਕਰਨੀ ਆ, ਉਹਨੂੰ ਨਹੀਂ ਮੈਂ ਕਹਿੰਦਾ ਕਬੂਤਰਬਾਜ਼ੀ ਦੇ ਜਿੱਥੇ ਜਾਂਦਾ ਜਾਣ ਦੇ, ਹੁਣ ਉਹਦੇ ਨਹੀਂ ਮੈਂ ਸ਼ੌਂਕ ਦੇ ਵਿੱਚ ਰੋੜਾ ਬਣਨਾ, ਉਹਦੇ ਮਾਂ ਪਿਓ ਦੇ ਜਿਹੜੇ ਸ਼ੌਂਕ ਹੈਗਾ ਉਹਨਾਂ ਆਪਦੇ ਪੂਰੇ ਕਰਨ ਦੇ। ਅੱਛਾ, ਹੁਣ ਤੁਸੀਂ ਆਪਦੇ ਡੈਡੀ ਦੇ ਤਾਂ ਸ਼ੌਂਕ ਪੂਰੇ ਕਰੋਗੇ ਕਿ ਮੰਮੀ ਦੇ ਵੀ ਕਰੋਗੇ ਹੁਣ ਤੁਸੀਂ? ਮਾਂ ਬਾਰੇ ਤਾਂ ਮੈਂ ਤਾਂ ਆਪ ਪਰੇਸ਼ਾਨ ਹਾਂ, ਹਨਾ ਮੇਰੇ ਤਾਂ ਆਪ ਯਾਰ ਦੋਸਤ ਮੈਨੂੰ ਟਿੱਚਰਾਂ ਕਰਦੇ ਆ, ਹੁਣ ਉਹਨੂੰ ਕਿਵੇਂ ਸਮਝਾਈਏ ਵੀ ਨਾ ਸਕੀਨੀ ਲਾਇਆ ਕਰ, ਤੇਰੀ ਉਮਰ ਨਹੀਂ ਹੈਗੀ ਸਕੀਨੀਆਂ ਲਾਉਣ ਦੀ, ਹੁਣ ਤੂੰ ਕੋਈ ਗੱਲ ਨਹੀਂ ਤੂੰ ਰੋਟੀ ਲਾ, ਮੈਂ ਵੀ ਖੇਤ ਜਾਣਾ। ਠੀਕ ਹੈ ਜੀ। ਨਹੀਂ ਉੱਥੇ ਤਾਂ ਕੁਛ ਨਹੀਂ ਦੀਦੀ ਦੀ ਖਾਣ ਨੂੰ, ਸਾਰੀਆਂ ਚੀਜ਼ਾਂ ਠੰਡੀਆਂ ਦੀਆਂ, ਆਪਾਂ ਤਾਂ ਉਹੀ ਗਈਆਂ ਆਪਣਾ ਟਾਈਮ ਵੇਸਟ ਕਰਕੇ। ਚਲ ਕੋਈ ਗੱਲ ਨਹੀਂ ਕਮਲ, ਆਪਣੇ ਨਾ ਸੂਟਾਂ ਦਾ ਮੁੱਲ ਪੈ ਗਿਆ, ਦੇਖ ਲਓ ਕਿਵੇਂ ਮਚ ਗਿਆ। ਹਾਂ ਸਹੀ ਗੱਲ ਹੈ, ਮੈਂ ਵੀ ਦੇਖਦੀ ਸੀਗੀ ਆਪਣੇ ਕੰਨੀ ਝਾਕਦੀ ਸੀ ਵੀ ਦੋਨੇ ਇੱਕੋ ਜਿਹੀਆਂ ਹੋਈਆਂ ਨੇ। ਚਲ ਕੋਈ ਨਾ, ਇੱਕ ਅੱਧੇ ਦਿਨ 'ਚ ਕੋਈ ਹੋਰ ਪ੍ਰੋਗਰਾਮ ਆ ਜੀ। ਸਹੀ ਗੱਲ ਹੈ। ਕਮਲ ਜਿਹੜਾ ਮਨਪ੍ਰੀਤ ਦੇ ਹੇਅਰ ਸਟਾਈਲ ਜਿਹਨੇ ਕਰਿਆ ਹੋਇਆ ਸੀਗਾ, ਮੈਨੂੰ ਉਹ ਦੱਸ, ਉਹ ਸਿਖਾ ਮੈਨੂੰ। ਉਹੀ ਨੇ, ਮੈਂ ਹੁਣ ਕਰਦਣੀ ਆ, ਲੈ ਮੰਗਾ ਸਮਾਨ। ਹਾਂ ਬੈਠ ਜੱਸੂ, ਜੱਸੂ ਮੇਰੀ ਮੇਕਅਪ ਕਿੱਟ ਜੀ ਲੈ ਕੇ ਆਈ, ਨਾਲੇ ਕੰਘਾ ਸੀਸਾ ਲੈ ਕੇ ਆਉਣੀ ਆ ਮੰਮੀ, ਦੇਖ ਲਓ ਆਪਾਂ ਨੂੰ ਦੇਖ ਕੇ ਕਿਵੇਂ ਮੱਚਦੀਆਂ ਸੀ। ਹਨਾ ਇੱਧਰ ਕਰਦੇ, ਪਿੱਛੇ ਆ ਕੇ ਬਾਲਾ ਮੱਚਦੀਆਂ ਨੇ ਮੇਰੀਆਂ ਤਾਂ। ਜਿਹਦੇ ਕੋਲੇ ਹੋਊ ਕੋਈ ਉਹੀ ਪਾਊ, ਤੁਸੀਂ ਪਾ ਲਓ ਲੈ। ਹਨਾ ਆ ਦੇਖ ਲੈ, ਉਹਦਾ ਭਲਾ ਬਾਹਰੋਂ ਆਈ ਹੈ, ਆ ਸਾਡੇ ਵਾਲੀ ਵੀ ਜੁੰਡੇ 'ਚ ਖੋਲ੍ਹ ਕੇ ਵਗ ਜਾਂਦੀ ਹੈ, ਮੈਨੂੰ ਉਸੇ ਬੰਦਾਂ 'ਚ ਬੇਸ਼ਰਮੀ ਆਈ ਬੈਠੇ ਨੂੰ। ਅਰਾ ਮੇਰੀ ਵੀ ਦਾੜੀ 'ਚ ਫੁੱਲ ਪਵਾ ਤੇ, ਭੋਗ ਤੇ ਜੁੰਡੇ ਖੋਲ੍ਹ ਕੇ ਜਾਂਦੇ ਹੁੰਦੇ ਨੇ, ਕਿਵੇਂ ਮੜ ਗਿਆ ਪੰਜਾਂ ਨੇ ਦਬਾ ਦਬ। ਹੋਰ ਤਾਂ ਇਹਨੂੰ ਕੰਮ ਨਹੀਂ, ਕੋਈ ਬਹੂ ਨੂੰ ਕੰਮ 'ਤੇ ਲਾਈ ਰੱਖਦੀ ਹੈਗੀ, ਆਪ ਸਾਰਾ ਦਿਨ ਇਸੇ ਕੰਮ 'ਤੇ ਹੋ ਗਈ। ਉਹ ਕੱਪੜੇ ਕੱਲ੍ਹ ਦੇ ਸੁੱਕਣੇ ਪਾਏ ਪਏ ਨੇ, ਉਹ ਨਹੀਂ ਲੋਟ ਕਰੇ ਹੈਗੇ, ਕੱਪੜੇ ਦਾ ਲੋਟ ਕਰਦੇ ਹੋ ਹੈ, ਕੋਈ ਚੀਜ਼ ਨਹੀਂ ਉਹ ਕਰਕੇ ਹੈਗੀ। ਬਹੂ ਦੱਸ ਇਕੱਲੀ ਵਿਚਾਰੀ ਕੀ ਕਰੇ। ਚਲੋ ਦੀਦੀ ਹੁਣ ਦੇਖ ਲਓ, ਬਣਾ ਲਉਂਗੇ ਤੁਸੀਂ? ਹਾਂ ਦੀਦੀ ਠੀਕ ਹੈ, ਬਣਾ ਲਉਂਗੀ, ਤਾਂ ਸੌਖਾ ਹੀ ਬਣਾ ਦੀ। ਮੈਂ ਫਿਰ ਚੱਲਦੀ ਹਾਂ। ਕਿੱਥੇ ਨੇ ਕਮਲ? ਚਾਹ ਪੀ ਕੇ ਜਾਈ, ਮੈਂ ਜੱਸੂ ਨੂੰ ਕਹਿੰਦੀ। ਕੋਈ ਨਾ, ਘਰੇ ਜਾ ਕੇ ਕਾਫੀ ਬਣਾ ਕੇ ਪੀ ਲੂੰਗੀ, ਚਾਹ ਨੂੰ ਤਾਂ ਕੀ ਹੈ, ਚੱਲ ਤੇਰੀ ਮਰਜ਼ੀ ਆ। ਠੀਕ ਹੈ। ਲੈ ਆ ਗਿਆ ਕੱਪ ਜਿੱਤ ਕੇ, ਕਿਤੇ ਰਾਹ 'ਚ ਤਾਂ ਨਹੀਂ ਡਿੱਗ ਪਿਆ ਕੱਪ ਤੇਰਾ? ਤੂੰ ਘਰੇ ਵੀ ਬਣ ਦੇ ਦਿਆ ਕਰ, ਪਾਣੀ ਤਾਣੀ ਦਾ ਕੀ ਪੁੱਛਣਾ ਬੰਦੇ ਨੂੰ, ਆਉਂਦੇ ਨੂੰ ਹੀ ਲੱਗ ਜਾਂਦੀ ਆ ਮਿਹਣੇ ਮਾਰਨ। ਲੱਗਦਾ ਹਾਰ ਕੇ ਆਇਆ ਜਿਹੜਾ ਹਾਏ ਮੂੰਹ ਬਣਾਇਆ। ਹਾਰ ਜਿੱਤ ਤਾਂ ਹੁੰਦੀ ਰਹਿੰਦੀ ਆ, ਨਾਲੇ ਤੇਰੀ ਕਾਲੀ ਜੀਭ, ਤੂੰ ਜਾਂਦੀ ਨੇ ਨੰਨਾ ਪਾਇਆ ਸੀ ਹਾਰ ਗਏ। ਆ ਇੱਕ ਮਿੰਟ ਸੀਸਾ ਫੜ, ਮੈਂ ਫੜੂ ਤੇਰਾ ਸੀਸਾ? ਇਹਦੇ ਨਾਲੋਂ ਤਾਂ ਨਾ ਤੂੰ ਪਾਰਲਰ ਤੇ ਵਗ ਜਾ ਕਰ, ਉੱਥੇ ਮਾਰੀ ਜਾਇਆ ਕਰ ਮੱਥਾ, ਸਾਥੋਂ ਨਹੀਂ ਹੁੰਦਾ ਤੇਰੇ ਨਾਲ ਇਹੋ ਜਿਹਾ ਕੁਛ। ਲੈ ਤੂੰ ਮੈਨੂੰ ਚੰਗਾ ਯਾਦ ਕਰਾਇਆ, ਲੈ ਤੂੰ ਮੈਨੂੰ ਪੈਸੇ ਦੇ। ਮੈਂ ਨਾ ਕਮਲ ਨੂੰ ਕਿਹਾ ਹੋਇਆ ਅਸੀਂ ਨਾ ਪਾਰਲਰ ਵਾਲੀ ਦੇ ਜਾਣਾ ਗਾ, ਨਾਲੇ ਤਾਂ ਮੈਂ ਮੂੰਹ ਜਿਹਾ ਧਵਾ ਕੇ ਆਉਣਾ ਗਾ, ਠੀਕ ਹੈ, ਨਾਲੇ ਮੈਂ ਆਪਦੀ ਆਹ ਬਰੀਕ ਕਰਾ ਕੇ ਆਉਣੀ ਥਰੈਡਿੰਗ,
ਤੇ ਨਾਲੇ ਤੇ ਚਮਟਾ ਜਾਂ ਮਰਵਾ ਕੇ ਨਾ ਪੋਰਾ ਨਹੀਂ ਸੋਹਣੇ ਲੱਗਦੇ ਦੇਖ ਲੈ ਕਿਹੜੇ ਕਿਹੜੇ ਵਾਲ ਪਏ ਪਏ ਅੱਗੇ ਤੇ ਤੂੰ ਨਾ ਮੈਨੂੰ ਘੱਟੋ ਘੱਟ 2000 ਦੇ ਦੇ ਲੈ ਅਖੇ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਮੈਂ ਕਾਹਦਾ ਇਹਨੂੰ ਬਿਊਟੀ ਪਾਰਲਰ ਕਹਿਤਾ ਹੁਣ ਪੈਸੇ ਮੰਗਣ ਲੱਗ ਗਈ ਇੱਕ ਤਾਂ ਨਾ ਜਿੰਨਾ ਚਿਰ ਕਮਲ ਇੱਥੇ ਰਹੂ ਉਨਾ ਚਿਰ ਮੇਰੇ ਤਾਂ ਖਰਚੇ ਵਧੀ ਜਾਂਦੇ ਨੇ ਪਤਾ ਨਹੀਂ ਕਿੱਦੇ ਜਾਊ ਕਮਲ ਦੁਬਾਰੇ ਕੈਨੇਡਾ ਤੇਰੀ ਵੀ ਸਕੀਨੀ ਦੇ ਖਰਚੇ ਵੱਧ ਗਏ ਉਹਦੇ ਨਾਲ ਨਾਲ ਉਹ ਤਾਂ ਚੱਲ ਬਾਹਰੋਂ ਆਈ ਆ ਉਹਦੇ ਕੋਲ ਤਾਂ 4 ਸਿਲੜ ਹੈਗੇ ਨੇ ਤੂੰ ਮੇਰਾ ਬਟੂਆ ਹੌਲਾ ਕਰ ਦਿੰਦੀ ਆ ਉਹਦੇ ਲਈ ਬਥੇਰਾ ਕਮਾਇਆ ਬਥੇਰੇ ਹੈਗੇ ਨੇ ਅਸੀਂ ਤਾਂ 4 ਦਿਨ ਖਾਣ ਹੰਡਾਉਂਦੇ ਨੇ ਮੇਰੇ ਨਾ ਇੱਕ ਉਹ ਜਿਹੜਾ ਤੂੰ ਚਿੱਟਾ ਜਿਹਾ ਲਾਉਂਦੀ ਸੀ ਕਲੀ ਜੀ ਮੂੰਹ ਤੇ ਉਹ ਲਾ ਲਿਆ ਕਰ ਬਲੀਚ ਹੁੰਦੀ ਹੈ ਜਿਹੜੀ ਉਹ ਚੱਲ ਮੇਰੀ ਤਾਂ ਛੱਡ ਨਾਲੇ ਤੂੰ ਵੀ ਮਾੜੀ ਮੋਟੀ ਟੌਰ ਸ਼ੌਰ ਲਾ ਲਿਆ ਕਰ ਕੋਈ ਰੰਗਦਾਰ ਪਰਨਾ ਬੰਨ ਲਿਆ ਕਰ ਆਹ ਦਾੜੀ ਨੂੰ ਕਾਲੀ ਕਰ ਲਿਆ ਕਰ ਪੂਰਾ ਨਹੀਂ ਜੱਚਦਾ ਮੇਰੇ ਨਾਲ ਬਾਹਰ ਗਿਆ ਤੂੰ ਉਹ ਮੈਥੋਂ ਨਹੀਂ ਤੇਰੇ ਵਾਲੇ ਟਸਨੇ ਵਸਨੇ ਜੇ ਹੁੰਦੇ ਕਿਸੇ ਦੀ ਮੰਨੇ ਹੋਣਾ ਸਾਰਿਆਂ ਨੇ ਏਕਤਾ ਕਰ ਲਿਆ ਵੀ ਇਹਦਾ ਤਾਂ ਕਹਿਣਾ ਮੰਨਣਾ ਨੀਗਾ ਖਰਚੇ ਤਾਂ ਤੇਰੀ ਨਹੀਂ ਲੋਟ ਆਉਂਦੇ ਜੇ ਸਾਰਾ ਟੱਬਰ ਇਹੋ ਜਿਹਾ ਹੋ ਗਿਆ ਫਿਰ ਤਾਂ ਬਸ ਸਰ ਗਿਆ ਚੱਲ ਤੂੰ ਬਾਹਲੀਆਂ ਗੱਲਾਂ ਨਾ ਕਰ ਮੈਨੂੰ ਪੈਸੇ ਦੇ ਨਹੀਂ ਤਾਂ ਫਿਰ ਮੈਂ ਆਪੇ ਕੱਢ ਕੇ ਲੈ ਜੂ ਜੱਸੂ ਪੁੱਤ ਚਾਹ ਬਣਾ ਘੁੱਟ ਮੈਂ ਦੇਖ ਆਵਾਂ ਪਸ਼ੂਆਂ ਕਨੀ ਨਾਲੇ ਆਪਦੇ ਕਬੂਤਰ ਦੇਖ ਆਵਾਂ ਜਦੋਂ ਮੰਗੇ ਤੋਂ ਨਹੀਂ ਪੈਸੇ ਦਿੰਦੇ ਤਾਂ ਮੈਂ ਆਪੇ ਕੱਢ ਲੂੰਗੀ ਚੱਲ ਸੀ ਆ ਦੇਖ ਲਾ ਇਹਨੂੰ ਲੋਕ ਕਿਹਨੇ ਲਾਤਾ ਅੱਗੇ ਤਾਂ ਕਦੇ ਕਿਸੇ ਨੇ ਲਾਇਆ ਨਹੀਂ ਜੱਸੂ ਹਾਂਜੀ ਮੰਮੀ ਇਹਦੀਆਂ ਚਾਬੀਆਂ ਕਿੱਥੇ ਨੇ ਮੈਨੂੰ ਨਹੀਂ ਪਤਾ ਹੈਗਾ ਮੰਮੀ ਹੋਰ ਕਿਹਨੂੰ ਪਤਾ ਡੈਡੀ ਨੂੰ ਪਤਾ ਹੋਊਗਾ ਡੈਡੀ ਨੂੰ ਪੁੱਛ ਲਓ ਅਲਮਾਰੀ ਤੇਰੀ ਹੈ ਪੈਸੇ ਤੈਨੂੰ ਫੜਾਉਣੇ ਆ ਚਾਬੀ ਡੈਡੀ ਕੋਲੇ ਹੈ ਮੈਨੂੰ ਨਹੀਂ ਪਤਾ ਹੈ ਹੁਣ ਉਹਦੇ ਕੋਲ ਜਾ ਕੇ ਪੁੱਛਾਂ ਆਜੋ ਆਜੋ ਮੈਂ ਇੱਥੇ ਕਬੂਤਰਾਂ ਨੂੰ ਦਾਣੇ ਪਾਉਣ ਤੇ ਜ਼ੋਰ ਲਾਇਆ ਹੋਇਆ ਕਿਤੇ ਮਾੜੀ ਮੋਟੀ ਘਰੇ ਵੀ ਗੌਰ ਕਰ ਲਿਆ ਕਰ ਕੋਈ ਹੱਕਾ ਮਾਰੀ ਜਾਂਦਾ ਗੱਲ ਸੁਣ ਲਾ ਅੱਜ ਹੀ ਨਹੀਂ ਸੀ ਘਰੇ ਮੈਂ ਜਾਨਵਰ ਭੁੱਖੇ ਮਾਰਤੇ ਜਿਵੇਂ ਸੋਨੂੰ ਆਪਦਾ ਸਕੀਨ ਆ ਨਾ ਮੈਨੂੰ ਵੀ ਕਬੂਤਰ ਰੱਖਣ ਦਾ ਸ਼ੌਂਕ ਹੈਗਾ ਮੈਂ ਵੀ ਆਪਦੇ ਜਾਨਵਰ ਪਾਲਣੇ ਆ ਵਿਚਾਰੇ ਚੰਗਾ ਇਹਨਾਂ ਨੂੰ ਤੂੰ ਪਾਲੀ ਜਾ ਪਾਈ ਜਾ ਜਿਹੜਾ ਕੁਛ ਪਾਉਣਾ ਮੈਨੂੰ ਚਾਬੀ ਦੇ ਮੈਂ ਪੈਸੇ ਕੱਢਣੇ ਆ ਪਾਰਲਰ ਤੇ ਜਾਣਾ ਲੇਟ ਹੋਈ ਜਾਨੀ ਆ ਤੂੰ ਨਾ ਲੇਟ ਹੋ ਜੀ ਚਾਬੀ ਚੁੱਬੀ ਨਹੀਂ ਮਿਲਦੀ ਫਾਲਤੂ ਖਰਚਾ ਵਾਸਤੇ ਮੇਰੇ ਕੋਲੇ ਪੈਸੇ ਹੈ ਨਹੀਂ ਕਿਉਂ ਨਹੀਂ ਹੈਗੇ ਪੈਸੇ ਕਿੰਨੇ ਕੁ ਪੈਸੇ ਲੱਗਦੇ ਆ ਸਾਰਾ 1500 ਰੁਪਇਆ ਮਸਾਂ ਲੱਗੂਗਾ ਇੰਨੇ ਕੁ ਵੀ ਨਹੀਂ ਹੈਗੇ ਇਹ ਫਾਲਤੂ ਖਰਚਾ ਵਾਸਤੇ ਤਾਂ ਬਿਲਕੁਲ ਹੀ ਨਹੀਂ ਹੈਗੇ ਕੋਈ ਚੱਜ ਦਾ ਕੰਮ ਹੋਵੇ ਉਹਦੇ ਵਾਸਤੇ ਲੈ ਜੀ ਅੱਛਾ ਜੇ ਮੈਂ ਖਰਚਾ ਕਰਾਂ ਤਾਂ ਫਾਲਤੂ ਜਿਹੜਾ ਤੂੰ ਇਹਨਾਂ ਨੂੰ ਅਗਰੀ ਦੀ ਉਪਾ ਦੀ ਕਣਕ ਦਾਣੇ ਚੌਲ ਪਾਉਣਾ ਸਾਰਾ ਖਰਾਕਾਂ ਪਾਉਣਾ ਬਦਾਮ ਪਾਉਣਾ ਉਹ ਫ੍ਰੀ ਆ ਜਾਂਦੇ ਨੇਗੇ ਇਹ ਤਾਂ 300 ਜਾਨਵਰ ਆ ਖਾ ਕੇ ਕਿੰਨੀਆਂ ਸ਼ੀਸ਼ਾਂ ਦਿੰਦਾ ਹੂ ਤੂੰ ਉਹ ਘੰਟੇ ਚ ਨਹਾ ਕੇ ਲਾ ਦਿੰਨੀ ਉਹ ਮੇਕਅਪ ਜਾ ਮੈਂ ਤੈਨੂੰ ਮੈਂ ਕਹਿਤਾ ਵੀ ਮੈਨੂੰ ਪੈਸੇ ਦੇ ਦੇ ਤੂੰ ਮੇਰਾ ਮੂਡ ਖਰਾਬ ਨਾ ਕਰ ਮੈਨੂੰ ਡਿੱਕੀ ਜਾਂਦੀ ਆ ਕਮਲ ਮੈਂ ਨਹੀਂ ਦਿੰਦਾ ਵੀ ਬਾਪੂ ਤੋਂ ਲੈ ਜਾ ਜੇ ਬਾਪੂ ਦੇ ਦੂ ਮੇਰੇ ਕੋਲੇ ਨਹੀਂ ਹੈਗੇ ਪੈਸੇ ਤੇ ਬਾਪੂ ਵੀ ਤਾਂ ਸੋਨੂੰ ਹੀ ਫੜਾਉਂਦਾ ਆ ਆ ਚੰਗੀ ਭਲੀ ਕਬੀਲਦਾਰੀ ਮੇਰੇ ਕੋਲੇ ਸੀ ਚਾਬੀ ਫੜਾ ਕੇ ਮੈਂ ਤਾਂ ਗਲਤੀ ਕਰ ਲਈ ਸੋਨੂੰ ਆਹੋ ਜਿੱਦੇ ਦੀ ਤੇਰੇ ਕੋਲੇ ਆਈ ਆ ਉਦੋਂ ਦੀ ਤੂੰ ਜੱਗੀ ਆ ਕਦੇ ਪਾਰਲਰ ਵਗ ਜਾਨੀ ਆ ਕਦੇ ਕਿਤੇ ਸ਼ਾਪਿੰਗ ਤੇ ਵਗ ਜਾਨੀ ਆ ਤੇਰਾ ਨਹੀਂ ਲੋਟ ਆਉਂਦਾ ਇਹ ਸਤਨਾਮ ਤੇ ਬਾਪੂ ਨੂੰ ਬੁਲਾਓ ਮੇਰੀ ਚਾਬੀ ਮੈਨੂੰ ਵਾਪਸ ਦਿਓ ਮੈਨੂੰ ਚਾਹੀਦੀ ਆ ਮੈਂ ਆਪਦੇ ਖਰਚੇ ਪੂਰੇ ਕਰਨੇ ਨੇ ਉਹਨਾਂ ਤੂੰ ਹੀ ਪੁੱਛ ਲੈ ਜੇ ਉਹ ਦੇ ਦੇਣਗੇ ਮੈਂ ਨਹੀਂ ਦੇ ਸਕਦਾ ਚਾਬੀ ਆ ਲੈ ਪਾਪਾ ਆ ਰੁਪਈਆ ਸਟੈਡੀ ਚ ਭਰਿਆ ਆਪਣੇ ਨਾਲ ਰੇਰੂ ਚੱਕਣਾ ਇਹ ਪੈਸੇ ਤਾਂ ਮੈਨੂੰ ਚਾਹੀਦੇ ਨੇ ਮੈਂ ਪਾਰਲਰ 'ਚ ਜਾਣਾ ਮੈਨੂੰ ਲੋੜ ਹੈਗੀ ਨਾ ਕੰਮ ਨਹੀਂ ਜ਼ਰੂਰੀ ਹੈਗੇ ਪਹਿਲਾਂ ਕਰ ਲਓ ਕੰਮ ਆਪਦੇ ਲੈ ਚੱਲ ਵੀ ਪਾਰਲਰਾਂ ਤੇ ਇਹ ਉਮਰ ਇਹਦੀ ਪਾਰਲਰਾਂ ਜਾਂਦੀ ਆ ਲੋਕ ਕੀ ਕਹਿਣਗੇ ਮੇਰੀ ਗੱਲ ਸੁਣ ਪਾਪਾ ਇਹਨੂੰ ਰੋਕੋ ਆਪਣੇ ਖਰਚੇ ਨਾ ਉਹਨੇ ਮੇਰੀ ਗੱਲ ਹੁਣ ਘਰ ਦੇ ਨਹੀਂ ਹੈਗੇ ਕਬੀਲਦਾਰੀ ਦੇ ਜਿੰਨੇ ਰਾਸ਼ਨ ਪਾਣੀ ਦੇ ਖਰਚੇ ਉਦੋਂ ਉੱਪਰ ਦੀ ਇਹਦੇ ਖਰਚੇ ਹੋਈ ਤੁਰੇ ਜਾਂਦੇ ਆ ਉਹੀ ਤਾਂ ਮੈਂ ਕਹਿੰਦਾ ਸਤਨਾਮ ਬਸ ਸਤਨਾਮ ਮੇਰੇ ਕੋਲ ਤਾਂ ਇੱਕੋ ਹੀ ਹੱਲ ਆ ਇਹਦਾ ਸਾਰਾ ਖਰਚਾ ਪਾਣੀ ਬੰਦ ਕਰ ਦਿਓ ਪੈਸਿਆਂ ਨੂੰ ਲਾਓ ਜਿੰਦਾ ਇਹਨੂੰ ਪੈਸੇ ਦੇਣੇ ਬੰਦ ਕਰ ਦਿਓ ਜਦੋਂ ਪੈਸੇ ਨਹੀਂ ਹੋਣਗੇ ਕੀ ਖਰਚਾ ਕਰੂਗੀ ਫਿਰ ਇਹੀ ਦੇਖ ਲਓ ਇਹੀ ਹੱਲ ਹੈ ਹੋਰ ਤਾਂ ਹੱਲ ਵੀ ਨਹੀਂ ਹਾਂ ਬਸ ਇਹੀ ਆ ਵੀ ਹੁਣ ਤਾਂ ਭਾਈ ਪੈਸੇ ਜਿੰਦੇ 'ਚ ਰੱਖਿਆ ਕਰੋ ਹੋਰ ਕੀ ਆ ਉਹ ਲਿਮਿਟ ਭਰਿਆ ਸੀ ਭਾਈ ਆਪਣੀ ਬਾਪੂ ਸਤਨਾਮ ਨੂੰ ਪਤਾ ਇਹੀ ਗਿਆ ਸੀ ਪੈਸੇ ਲੈਣ ਮੈਂ ਤਾਂ ਕੱਲ ਬਾਜੀ ਤੇ ਗਿਆ ਸੀ ਨਾਲ ਚਾਹ ਪੀ ਲਓ ਪੈਸੇ ਲਿਮਿਟ ਕਿੱਥੋਂ ਭਰੀ ਰੁਪਈਏ ਘਟ ਗਏ ਉਹ ਮੇਰੀ ਗੱਲ ਸੁਣ ਤੂੰ ਤਾਂ ਰੁਪਈਏ ਲਗਭਗ ਪੂਰੀ ਸੀਗੇ ਅੱਛਾ ਉਹ ਕੋਸਾ ਮਾਲ ਹੈਗੀ ਤੁਸੀਂ ਬੜੇ ਮੋੜੇ ਮੋੜੇ ਹੈਗੇ ਕੁਛ ਨਾ ਕੁਛ ਮੈਨੂੰ ਤਾਂ ਕੁਛ ਨਹੀਂ ਮੋੜਿਆ ਤੈਨੂੰ ਫੜਾਇਆ ਸਪੀਰ ਕਰੇ ਉਹਨੇ ਨਾ ਮੈਨੂੰ ਤਾਂ ਆਪ ਨਹੀਂ ਫੜਾਇਆ ਹੈਗੇ ਫਿਰ ਹੁਣ 3 ਲੱਖ ਰੁਪਈਆ ਪੂਰਾ ਕਰਨਾ ਪਊਗਾ
हैलीकॉप्टर ते जाना चाहिए गा माड़ा जा आकल नू हाथ मारो आकल नू सोनू तो आप दिया टौरा दा होया पिया किसी का घर पट्टिया गया वो किसी का नौजवान पुत आ किसी का भरा गा सोनू आपकी टौर का सोनू तो प्रोग्राम रहा भी प्रोग्राम आ गया जच तच के जागी पर उन्होंने की बीती हूँ तुम सोचा कदे यह गल मां तेन कोई टौर क्डन तो नहीं रोकता पर उन्नी क टौर क्ढी दें जिनी को लोगों को वधिया लगी एवें बिना मतलब मेरी हर रंग बिरंगे सूट पा के हाले जन का मरकते हो कि वधिया गल है नाले मां इन्ना गूढ़ा गूढ़ा मेकअप करना इन्ने महंगे कपड़े पाने वाले नहीं बंदा वड्डा हुंदा हुंदा ना तू आप सोच ना जो तेरी मां आउंदी हुंदी है ना महंगे तो महंगे कपड़े पाए हुंदे वड्डे वड्डे उहदे कांटे पाए हुंदे ते गूढ़ी गूढ़ी सुरखी लाई हुंदी है उहनू तां तू कदे रोकिया नहीं ते तैनू मेरे बड़ा मचदी है मेरे कपड़े लीड़िया ते हैं कई दिन हो गए मैनू देखदी नू तेरे वल ना मां मानदा मैं जसू दी मम्मी कपड़े महंगे पाउंदी आ पर उहनू इह वी पता ना किहड़े कपड़े नाल किहो जिहा मेकअप करना सोडे वांगू थोड़ा जलूस कढ़दी आ उह उन्हां दी गल करन दा तरीका देखा तुसीं कदे किन्ना वधिया उन्हां दा लहिजा उन्हां नूं सारा पता वी किवें बंदिआं दे विच बैठ के परिवार दे विच बैठ के गल करनी आ किवें लोकां नाल वरतना किवें प्रोग्रामां च जाणा तुसीं मेरी गल सुणा आह देख की जलूस कढ़िआ कपड़िआं दा कन्नां च एडे एडे टाला लमकाया ऐ जलूस कढ़ी दा हुंदा कपड़िआं दा तुहाडी उठणी बैठणी देख ला किवें सुरखियां बिंदियां ला के लिपा पोची करदे तुसीं मूँह ते ਜਿਹੜਾ ਪਰਮਾਤਮਾ ਨੇ ਰੰਗ ਰੂਪ ਦੇਤਾ ਉਹੀ ਰਹਿਣਾ ਇਹ ਲਿਪਾਂ ਪੋਚੀਆਂ ਨਾਲ ਸੋਹਣੇ ਨਹੀਂ ਬਣਿਆ ਜਾਂਦਾ ਹੁੰਦਾ ਲੋਕਾਂ ਨੂੰ ਜਲੂਸ ਨਹੀਂ ਦਿਖਾਈਦਾ ਹੁੰਦਾ ਤੇਰਾ ਮਾਂ ਗੱਲ ਕਰਨ ਦਾ ਤਰੀਕਾ ਦੇਖਿਆ ਤੈਨੂੰ ਕਿਵੇਂ ਜਮਾਂ ਨਹੀਂ ਗੱਲ ਕਰਨ ਬਾਰੇ ਪਤਾ ਜਿਹੜੇ ਹਿਸਾਬ ਨਾਲ ਤੁਸੀਂ ਜਲੂਸ ਕੱਢ ਕੇ ਪਿੰਡ 'ਚ ਜਾਂਦੇ ਹੋ ਤੁਹਾਨੂੰ ਤਾਂ ਐਂ ਲੱਗਦਾ ਵੀ ਅਸੀਂ ਬਾਹਲੇ ਸੋਹਣੇ ਲੱਗਦੇ ਹਾਂ ਪਰ ਸਾਨੂੰ ਲੋਕ ਟਿੱਚਰਾਂ ਕਰਦੇ ਆ ਤੁਸੀਂ ਕਾਹਦੇ ਵਾਸਤੇ ਜਲੂਸ ਕੱਢਦੇ ਹੋ ਸਤਨਾਮ ਠੀਕ ਕਹਿੰਦਾ ਭਾਈ ਤੇਰੀ ਉਮਰ ਨਹੀਂ ਹੈਗੀ ਹੁਣ ਇਹ ਕੱਪੜੇ ਪਾਉਣ ਦੀ ਬਾਪੂ ਇਹਨਾਂ ਨੂੰ ਕਹਿਣ ਦਾ ਕੀ ਫਾਇਦਾ ਇਹਨਾਂ ਦਾ ਤਾਂ ਸਰਿਆ ਪਿਆ ਯਾਰ ਜਮੀ ਉਮਰ ਦੇ ਮੁਤਾਬਕ ਕੱਪੜੇ ਪਹਿਨ ਕੇ ਮੇਕਅਪ ਕਰੀਦਾ ਹੁੰਦਾ ਤੂੰ ਇਹ ਸੋਚ ਵੀ ਜਿੱਥੇ ਜਾਣਾ ਹੋਵੇ ਜੇ ਤਾਂ ਵਿਆਹ 'ਚ ਜਾਣਾ ਉਹੋ ਜਿਹਾ ਤਿਆਰ ਹੋਵੋ ਜੇ ਮਰਗ 'ਤੇ ਜਾਣਾ ਤਾਂ ਉਹੋ ਜਿਹੇ ਕੱਪੜੇ ਪਾਓ ਸਿਆਣੇ ਨੇ ਸਹੀ ਕਿਹਾ ਖਾਈਏ ਮਨ ਪਾਉਂਦਾ ਪਹਿਨੀਏ ਜੱਗ ਪਾਉਂਦਾ ਉਹ ਬਾਪਾ ਯਾਰ ਇਹਨਾਂ ਦੇ ਮੱਥਾ ਮਾਰਨ ਦਾ ਕੀ ਫਾਇਦਾ ਆਹ ਦੇਖ ਲਾਵਾਂ ਇਹਨਾਂ ਦਾ ਤਾਂ ਫਿਰ ਵੀ ਹੈਗੇ ਕੱਪੜੇ ਉਹੋ ਜਿਹੇ ਜਿਹੇ ਹਿਸਾਬ ਨਾਲ ਪ੍ਰੋਗਰਾਮ 'ਤੇ ਜਾ ਰਿਹਾ ਤੂੰ ਜਿਹੜੇ ਹਿਸਾਬ ਨਾਲ ਕੱਪੜੇ ਪਾਇਆ ਸਮਝੋ ਬਾਹਰੀ ਆ ਗੱਲ ਵੀ ਕਿਹੜੇ ਫੰਕਸ਼ਨ 'ਤੇ ਚੱਲੀਆਂ ਤੂੰ ਨਾਲ ਤੁਸੀਂ ਇਹਨਾਂ ਨੂੰ ਕਹਿੰਦੇ ਰਹਿੰਦੇ ਹੋ ਵੀ ਇਹਨਾਂ ਨੇ ਕੱਪੜੇ ਪਾਉਣ ਦਾ ਢੰਗ ਨਹੀਂ ਹੈਗਾ ਤੁਸੀਂ ਆਪਣਾ ਦੇਖਿਆ ਕਦੇ ਕੋਈ ਮਹਿੰਗੇ ਮੇਕਅਪ ਕਰਨ ਨਾਲ ਮਹਿੰਗੇ ਕੱਪੜੇ ਪਾਉਣ ਨਾਲ ਹੀ ਬੰਦਾ ਵੱਡਾ ਹੁੰਦਾ ਹੁੰਦਾ ਤੂੰ ਨਾ ਆਪਣੇ ਉੱਠਣ ਬੈਠਣ ਦਾ ਲੈ ਜਾ ਸੁਧਾਰ ਪਹਿਲਾਂ ਗੱਲਬਾਤ ਕਰਨ ਦਾ ਢੰਗ ਸਿੱਖ ਤੂੰ ਹੁਣ ਆਹ ਮੇਕਅਪ ਛੱਡ ਦੇ ਤੂੰ ਜਵਾਨੀ ਵੱਲ ਨਹੀਂ ਤੂੰ ਬੁਢਾਪੇ ਵੱਲ ਜਾ ਰਹੀ ਆ ਪੋਤੇ ਪੋਤਿਆਂ ਵਾਲੀ ਹੋ ਗਈ ਹੁਣ ਤੂੰ ਉਮਰ ਦੇ ਹਿਸਾਬ ਨਾਲ ਬਦਲ ਜਾ ਸੁਧਰ ਜਾ ਮਾਂ ਮੇਰੀ ਗੱਲ ਸੁਣ ਲਾ ਅੱਜ ਤਾਂ ਇਹ ਮੇਰੇ ਕਹਿਣੇ 'ਚ ਹੈਗੀ ਆ ਇਹ ਕੱਲ ਨੂੰ ਮੇਰੀ ਗੱਲ ਮੇਰੇ ਨਾਲ ਜਵਾਨ ਲੜਾਇਆ ਕਰੂ ਵੀ ਤੇਰੀ ਮਾਂ ਇੰਨੀਆਂ ਟੌਰਾਂ ਕੱਢਦੀ ਸੀ ਮੈਂ ਵੀ ਉਵੇਂ ਕੱਢਣੀ ਆ ਫਿਰ ਮੈਂ ਇਹਨੂੰ ਕਿਵੇਂ ਕਾਬੂ ਕਰੂੰ ਤੂੰ ਮੰਨ ਜਾ ਸੁਧਰ ਜਾ ਉਹ ਗੱਲ ਸੁਣ ਭਾਈ ਤੂੰ ਚੌਂਕੇ ਤੇ ਬੈਠੀ ਸੋਹਣੀ ਲੱਗੇਗੀ ਹੁਣ ਆਹ ਮੇਕਅਪ ਛੱਡ ਦੇ ਮੇਕਅਪ ਇਹਨੂੰ ਕਰਨ ਦੇ ਤੂੰ ਚੁੱਲ੍ਹੇ ਤੇ ਬੈਠੀ ਸੋਹਣੀ ਲੱਗੇਗੀ ਖੇਰ ਰੋਟੀ ਜਾਊ ਰੋਟੀ ਲੋਕ ਕਹਿਣਗੇ ਵੀ ਹਾਂ ਫਲਾਣੇ ਰੋਟੀ ਵਧੀਆ ਆਈ ਹੈਗੀ ਹੁਣ ਇਹ ਕੰਮ ਸਾਂਭ ਲੈ ਉਹ ਯਾਰ ਬਾਪੂ ਮੇਰੀ ਗੱਲ ਸੁਣ ਇਹ ਤਾਂ ਫਿਰ ਵੀ ਮੰਨ ਲਾ ਇੰਨੀ ਸਿਆਣੀ ਆ ਇਹਨੇ ਜਮਾਂ ਨਹੀਂ ਇਹੋ ਜਿਹਾ ਕੁਛ ਲਿਪਾਂ ਪੋਚੀਆਂ ਕਰਦੀ ਇਹ ਮੇਰੀ ਗੱਲ ਸੁਣ ਲਾ ਮਟਿਆਰ ਇਹਨੂੰ ਕਰਨਾ ਚਾਹੀਦਾ ਇਹੋ ਜਿਹਾ ਕੁਛ ਇਹ ਕਰਦੀ ਨਹੀਂ ਮੇਰੀ ਹਾਂ ਬੁੜੀ ਕਰਦੀ ਹੈ ਉਹ ਇਹਦੇ ਕੀ ਗੱਲ ਕਿੱਧਰ ਹੋ ਜਾਂਦੀ ਹੈ ਕੀ ਘੋਲ ਕੇ ਸਿਰ 'ਚ ਪਾ ਦਈਏ ਕਹੇ ਵੀ ਸਾਰਾ ਟੱਬਰ ਜਾਂਦਾ ਇਹਨੂੰ ਬਸ ਕਰੋ ਮੈਨੂੰ ਆ ਗਈ ਸਮਝ ਮੈਥੋਂ ਹੋ ਗਈ ਗਲਤੀ ਮੈਂ ਸਾਰਿਆਂ ਤੋਂ ਮਾਫੀ ਮੰਗਦੀ ਹਾਂ ਠੀਕ ਹੈ ਮੈਂ ਭੁੱਲ ਗਈ ਸੀ ਮੈਂ ਇਹਨਾਂ ਦੀ ਚਮਕ ਦਮਕ ਦੇਖ ਕੇ ਮੈਨੂੰ ਇਹ ਲੱਗਦਾ ਸੀ ਵੀ ਸ਼ਾਇਦ ਮੈਂ ਸੋਹਣੇ ਕੱਪੜੇ ਤੇ ਸੋਹਣਾ ਮੇਕਅਪ ਕਰਕੇ ਮੈਂ ਇਹਨਾਂ ਤੋਂ ਜ਼ਿਆਦਾ ਸੋਹਣੀ ਲੱਗਾਂ ਤੇ ਇਹ ਘੱਟ ਸੋਹਣੀਆਂ ਲੱਗਣ ਪਰ ਮੈਂ ਗਲਤ ਸੀ ਮੈਂ ਆਪਦੇ ਪਰਿਵਾਰ ਦੀ ਖੁਸ਼ੀ ਨਹੀਂ ਦੇਖੀ ਮੈਂ ਲੋਕਾਂ ਨੂੰ ਮਚਾਉਣ ਦੇ ਤਰੀਕੇ ਤੇ ਚੱਲੀ ਹੋਈ ਸੀ ਮੈਥੋਂ ਗਲਤੀ ਹੋ ਗਈ ਅੱਗੇ ਤੋਂ ਮੈਂ ਇਹੋ ਜਿਹੀ ਗਲਤੀ ਨਹੀਂ ਕਰਦੀ ਮੈਂ ਉਹੋ ਜਿਹੇ ਕੱਪੜਾ ਪਹਿਨੂੰਗੀ ਜੋ ਸਾਰਿਆਂ ਨੂੰ ਪਸੰਦ ਆਵੇ ਮੈਨੂੰ ਨਾ ਹੋਰ ਸ਼ਰਮਿੰਦਾ ਨਾ ਕਰੋ ਮੈਨੂੰ ਪਹਿਲਾਂ ਹੀ ਆਪਣੇ ਕੀਤੇ ਤੇ ਬਹੁਤ ਸ਼ਰਮ ਆਈ ਜਾਂਦੀ ਆ ਇਹ ਹਾਰ ਸ਼ਿੰਗਾਰ ਤਾਂ ਇਹਨਾਂ ਨੂੰ ਧੀਆਂ ਤੇ ਸੋਹਣੇ ਲੱਗਦੇ ਨੇ ਨਾ ਕਿ ਮੇਰੇ ਵਰਗੀਆਂ ਸੱਸਾਂ ਦੇ ਬੰਦੇ ਦੇ ਨਾ ਉੱਠਣ ਬੈਠਣ ਦਾ ਤਰੀਕਾ ਗੱਲ ਕਰਨ ਦਾ ਢੰਗ ਤੇ ਬੰਦੇ ਦੇ ਨਾ ਕੰਮ ਸੋਹਣੇ ਹੋਣੇ ਚਾਹੀਦੇ ਆ ਨਾ ਕਿ ਬੰਦੇ ਦਾ ਚੰਮ ਸੋਹਣਾ ਹੋਣਾ ਚਾਹੀਦਾ
इतने काम की शोभा की इज्जत शोभा ने ना कि आ फालतू दे ऐह जी शोशेबाजी। शुकरा मां तेन समझ त आई। चल सतराम बस करो कोई नी सवेर ना भुलिया घरे आ जाए ना ओनू भुलिया ना जाने जो आपके घरे आ गया इनू इनी मत आ गई पता लग गया। अज तो धीए आप दोनों चूल्हे चौंके ते बह के रोटी बनाया करें। सत श्री अकाल जी सारयां नूं। उम्मीद करदे हां तुसीं सारे ठीक ठाक होवोगे। अज दी इह वीडियो तुहानूं किस तरह लगी सानूं कमेंट करके जरूर दसना। साडी वीडियो नूं वध तों वध लाइक कमेंट ते शेयर जरूर करिया करो जी। जिहड़ियां वी असीं पहलां वीडियो पाईआं तुसीं सारियां वीडियो नूं बहुत ज़्यादा प्यार दे रहे हो। अगलियां वीडियो नूं वी असीं आस करदे हां तुसीं इसे तरह ही प्यार दोगे तां कि असीं परिवारक सेह देण वालियां वीडियो इसे तरह ही बनाउंदे रहिए। साडा इस नाल हौसला वधदा। लाइक कमेंट थले जरूर करके दस्सिया करो वी साडियां वीडियो किदों दी तुहानूं लगियां। धन्नवाद जी। सब्सक्राइब करना ना भुल्यो। साडे चैनल दा नाम है मास्टर सुखदीप।